ਇਹ ਤਸਵੀਰਾਂ ਬਰਨਾਲੇ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਪੁਲਿਸ ਦੇ ਵੱਲੋਂ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਤੇ ਉਹਨਾਂ ਦੇ ਕੋਲ ਕੁਝ ਨਸ਼ੀਲੇ ਪਦਾਰਥ ਅਤੇ ਪਿਸਟਲ ਵੀ ਬਰਾਮਦ ਕੀਤੇ ਗਏ ਨੇ ਤੇ ਪੁਲਿਸ ਦੇ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਡੀ ਟੀਮ ਨੂੰ ਇੱਕ ਵੱਡੀ ਸਫਲਤਾ ਜਿਹੜੀ ਉਹ ਹਾਸਲ ਹੋਈ ਹੈ ਤੇ ਚਾਰ ਵਿਅਕਤੀਆਂ ਦੇ ਕੋਲ ਕੁਝ ਪਦਾਰਥ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਤੇ ਇਹਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਹੈ ਜਿਹੜੀ ਸ਼ੁਰੂ ਕਰ ਦਿੱਤੀ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਦਿਸ਼ਾ ਨਿਰਦੇਸ਼ ਅਤੇ ਹਦਾਇਤਾਂ ਅਨੁਸਾਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀ ਡਾਇਰੈਕਸ਼ਨ ਤੇ ਐਸਪੀ ਲੂ ਸਾਹਿਬ ਦੀ ਡਾਇਰੈਕਸ਼ਨ ਦੇ ਅਨੁਸਾਰ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਅੱਜ ਅਸੀਂ ਸਾਡੇ ਐਸਐਚਓ ਧਨੌਲਾ ਐਸਆਈ ਲਖਵਿੰਦਰ ਸਿੰਘ ਦੀ ਟੀਮ ਨੇ ਚਾਰ ਜਿਹੜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਵਾ ਜਿਹਦੇ ਸੰਬੰਧ ਵਿੱਚ ਜਿਹੜਾ ਮੁਕੱਦਮਾ ਨੰਬਰ 140 ਮਿਤੀ 6/9/2023 ਨੂੰ ਅੰਡਰ ਸੈਕਸ਼ਨ 22-85 ਥਾਣਾ ਧਨੌਲਾ ਦਰਜ ਰਜਿਸਟਰ ਕੀਤਾ ਵਾ ਜਿਹਦੇ ਵਿੱਚ ਇਹਨਾਂ ਮੁਲਜ਼ਮਾਂ ਪਾਸੋਂ ਇੱਕ ਦੇਸੀ ਪਿਸਤੌਲ 315 ਬੋਲ ਅਤੇ 1050 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਇਹਨਾਂ ਦੇ ਵਿੱਚ ਜਿਹੜੇ ਦੋਸ਼ੀ ਆਪਣੇ ਫੜੇ ਗਏ ਨੇ ਉਹਨਾਂ ਵਿੱਚ ਮਨਪ੍ਰੀਤ ਸਿੰਘ ਉਰਫ ਫੋੜ ਅਤੇ ਪਹਿਲਾਂ ਵੀ ਦੋ ਮੁਕੱਦਮੇ ਦਰਜ ਨੇ ਜਿਹੜੇ ਕਿ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਨੇ ਇਸੇ ਤਰ੍ਹਾਂ ਹੀ ਹਰਪ੍ਰੀਤ ਸਿੰਘ ਉਰਫ ਪੀਤਾ ਇਹਦੇ ਵਿੱਚ ਵੀ ਪਹਿਲਾਂ ਹੀ ਇਹਦੇ ਉੱਤੇ NDPS ਦੇ ਦੋ ਮੁਕੱਦਮੇ ਦਰਜ ਨੇ ਜਿਹੜਾ ਕਿ ਇਹ ਅੱਜ ਕੱਲ੍ਹ ਵੀ ਇਸੇ ਕੰਮ ਵਿੱਚ ਲੱਗੇ ਹੋਏ ਸੀਗੇ ਅਤੇ ਇਹਨਾਂ ਨੂੰ ਬੜਾ ਮੁਸ਼ਤੈਦੀ ਨਾਲ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1050 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਔਰ ਅਸੀਂ ਹੁਣ ਫਰਦਰ ਜਿਹੜੀ ਆ ਪੁੱਛਗਿੱਛ ਚੱਲ ਰਹੀ ਆ ਇਹਨਾਂ ਦੇ ਬੈਕਵਰਡ ਲਿੰਕ ਔਰ ਫਾਰਵਰਡ ਲਿੰਕ ਬਾਰੇ ਵੀ ਅਸੀਂ ਇਹਨਾਂ ਕੋਲ ਪੁੱਛਗਿੱਛ ਕਰ ਰਹੇ ਹਾਂ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਹੋਰ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਮਜ਼ੀਦ ਪੁੱਛਗਿੱਛ ਕੀਤੀ ਜਾਵੇ ਸਰ ਇਹ ਕਿੱਥੋਂ ਲੈ ਕੇ ਆਉਂਦੇ ਸੀਗੇ ਇਹ ਹਲੇ ਜਿਹੜਾ ਕੁਛ ਮਤਲਬ ਹੁਣ ਰਿਮਾਂਡ ਲੈ ਰਹੇ ਹਾਂ ਅਸੀਂ ਇਹਨਾਂ ਕੋਲ ਫਰਦਰ ਜਿਹੜੀ ਪੁੱਛਗਿੱਛ ਹੋਊਗਾ ਤੁਹਾਡੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਮਤਲਬ ਦੱਸ ਦੇਵਾਂਗੇ ਆਪਣੇ ਡਿਊਰਿੰਗ ਰਿਮਾਂਡ ਸਰ ਜਿਹੜਾ ਵੈਪਨ ਫੜਿਆ ਗਿਆ ਲਾਇਸੈਂਸੀ ਹੈ ਜਾਂ ਇਹ ਇਲੀਗਲ ਵੈਪਨ ਆ ਜੀ ਇਹਨਾਂ ਕੋਲ ਦੇਸੀ ਉਹਦੇ ਬਾਰੇ ਵੀ ਹਲੇ ਅਸੀਂ ਇਹਨਾਂ ਕੋਲ ਡਿਟੇਲ 'ਚ ਜਾਣਕਾਰੀ ਹਾਸਲ ਕਰਨੀ ਆ ਵੀ ਕਿੱਥੋਂ ਲੈ ਕੇ ਆਏ ਸੀ ਕੌਣ ਲੈ ਕੇ ਆਏ ਸੀ ਕੌਣ ਸਪਲਾਇਰ ਇਹਦਾ ਅਤੇ ਉਹਦੇ ਬਾਰੇ ਵੀ ਅਗਰ ਉਹ ਸਾਨੂੰ ਸਾਰਾ ਬਾਇਓ ਡਾਟਾ ਆ ਜਾਂਦਾ ਤਾਂ ਅਸੀਂ ਉਹ ਬੰਦਿਆਂ ਨੂੰ ਵੀ ਅੱਗੇ ਪਰਸਿਊ ਹੈਗੀਆਂ ਕੋਈ ਇਹਨਾਂ ਨੇ ਕਰਵਾਇਆ ਹੋਵੇ ਇਹਦੇ 'ਚ ਹਲੇ ਅਸੀਂ ਮੈਂ ਤੁਹਾਨੂੰ ਦੱਸ ਹੀ ਰਿਹਾ ਕਿ ਵੀ ਜਿਹੜੀ ਮਜੀਦ ਪੁੱਛਗਿੱਛ ਹੋਵੇਗੀ ਉਹਦੇ ਵਿੱਚ ਸਾਰਾ ਹੀ ਖੁਲਾਸਾ ਕਰ ਦਾਂਗੇ ਹਲੇ ਕਿਉਂਕਿ ਸਾਡੇ ਕੋਲ ਕੱਲ੍ਹ ਅਸੀਂ ਅਰੈਸਟ ਕੀਤੇ ਆ ਹਲੇ ਜਿਹੜੀ ਸਾਡੀ ਇਨਵੈਸਟੀਗੇਸ਼ਨ ਕੈਰੀ ਔਨ ਹੈਗੀ ਆ ਜਦੋਂ ਮੁਕੰਮਲ ਪੁੱਛਗਿੱਛ ਹੋ ਗਈ ਅਤੇ ਫਿਰ ਤੁਹਾਨੂੰ ਸਾਰਾ ਇਹਦੇ ਬਾਰੇ ਵੀ ਖੁਲਾਸਾ ਸਾਰੇ ਇੱਕੋ ਸ਼ਹਿਰ ਦੇ ਨੇ ਜਾਂ ਵੱਖ ਵੱਖ ਸ਼ਹਿਰਾਂ ਦੇ ਨੇ ਜੀ ਇਹ ਸਾਰਾ ਲੋਹਾ ਖੇੜਾ ਦੇ ਰਹਿਣ ਵਾਲੇ ਨੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਹਦੇ ਵਿੱਚੋਂ ਕੁਛ ਤਾਂ ਮਤਲਬ ਹਲੇ ਕਿਹਾ ਨਹੀਂ ਕਲੀਅਰਲੀ ਜਾ ਸਕਦਾ ਕਿ ਵੀ ਇਹ ਪੀਣ ਦੇ ਆਉਂਦੇ ਆ ਪਰ ਵੇਚਦੇ ਵੀ ਜ਼ਰੂਰ ਨੇ ਕਿੱਥੋਂ ਬੁਗਰਾਂ ਵਾਲਾ ਰਾਹ ਆ ਇੱਕ ਆਪਣੇ ਨਾਲ ਹੀ ਧਨੌਲੇ ਏਰੀਏ ਦੇ ਵਿੱਚ ਪੈਂਦਾ ਅਤੇ ਉਸ ਜਗ੍ਹਾ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ